ਦੇਖਦੇ ਹਾਂ। ਹਰ ਅੰਤਰ ਅੰਤਰੇ ਤੋਂ ਬਾਅਦ ਅਸਥਾਈ ਗਾਉਣੀ ਹੁੰਦੀ ਹੈ। ਆਪਾਂ ਇੱਕ ਕਰਕੇ ਸਾਰੇ ਅੰਤਰੇ ਗਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਗਾਉਣੇ ਹਨ। ਜੋ ਠੇਕਾ ਵੱਜ ਰਿਹਾ ਹੈ ਵੈਸੇ ਉਹ ਵੱਜ ਰਿਹਾ ਹੈ ਦਾਗੇ ਨਾਤੀ ਨਾਕੇ ਦਿਨਾ, ਪਰ ਜੋ ਸ਼ਬਦ ਵਿੱਚ ਵੱਜਣਾ ਹੈ ਉਹ ਹੈ ਧਾ ਤਿੱਟ ਤਿੱਟ ਤਾ ਤਿੱਟ ਦਿਨ ਦਿਨ। ਇਹ ਸਿਰਫ ਮੈਂ ਇੱਕ ਲੈਅ ਵਾਸਤੇ ਵਜਾਇਆ ਹੈ ਤਾਂ ਕਿ ਸੌਖਾ ਸਮਝ ਆ ਸਕੇ ਕਿ ਸ਼ਬਦ ਨੂੰ ਆਪਾਂ ਗਾਉਣਾ ਕਿਸ ਤਰ੍ਹਾਂ ਹੈ। ਵੀ ਹੋ ਗਿਆ ਹੈ। ਇਸ ਤੋਂ ਬਾਅਦ ਫਿਰ ਆਪਾਂ ਅਸਥਾਈ ਗਾਉਣੀ ਹੈ ਸ਼ਬਦ ਦੀ। ਹੁਣ ਆਪਾਂ ਤੀਸਰਾ ਅੰਤਰਾ ਦੇਖਦੇ ਹਾਂ, ਉਸ ਤੋਂ ਬਾਅਦ ਫਿਰ ਅਸਥਾਈ ਗਾਉਣੀ ਹੋਵੇਗੀ, ਫਿਰ ਇਸੇ ਤਰ੍ਹਾਂ ਚੌਥਾ ਅੰਤਰਾ ਹੈ ਉਹ ਗਾ ਕੇ ਦੇਖਾਂਗੇ। ਮੇਰਾ ਪਿਆਰਾ ਪ੍ਰੀਤਮ ਸਤਿਗੁਰ ਮੇਰਾ ਮਾਤ ਪਿਤਾ
ਅਗਲਾ ਅੰਤਰ ਹੈ ਉਹਦੀਆਂ ਸਿਰਫ ਦੋ ਲਾਈਨਾਂ ਲਾਸਟ ਵਾਲੀਆਂ ਗਾਉਣੀਆਂ ਹਨ ਕਿਉਂਕਿ ਆਪਾਂ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਪਹਿਲਾਂ ਹੀ ਗਾ ਰਿਹਾ ਸਥਾਈ ਇਸ ਲਈ ਲਾਸਟ ਵਾਲੀਆਂ ਲਾਈਨਾਂ ਹੀ ਅੰਤਰੇ ਵਿੱਚ ਗਾਉਣੀਆਂ ਹਨ। ਹਰ ਹਰ ਦਇਆ ਸਹਿਜੀ